ਉਸੇ ਤੋਂ ਸਿੱਖਿਆ ਗ੍ਰੇਟਰ ਜੰਮੂ ਤੇ ਮੈਂ ਚੌਧਰੀ ਔਰ ਫਾਰਮਰ ਮਿਨਿਸਟਰ ਔਰ ਬੜੇ ਦਿੱਗਜ ਲੀਡਰ ਜਿਹੜੇ ਜੰਮੂ ਕਸ਼ਮੀਰ ਖਾਸ ਕਰ ਡੋਗਰੇ ਦੀ ਗੱਲ ਰੱਖਦੇ ਹਮੇਸ਼ਾ ਡੋਗਰੀ 'ਚ ਪ੍ਰੈਸ ਕਾਨਫਰੰਸ ਕਰਦੇ ਨੇ ਅੱਜ ਵੀ ਇੱਕ ਪ੍ਰੈਸ ਕਾਨਫਰੰਸ ਕੀਤੀ ਲੇਕਿਨ ਅੱਜ ਕਾਂਗਰਸ ਦੀ ਟਾਰਗੇਟ ਕੀਤੀ ਮੈਨੀਫੈਸਟੋ ਕਾਂਗਰਸ ਨੇ ਕੱਢਿਆ ਟਾਰਗੇਟ ਉਸ ਨੂੰ ਨਹੀਂ ਉਹ ਕਹਿੰਦੀ ਫਲਾਂ ਮੈਨੀਫੈਸਟੋ ਕਾਂਗਰਸ ਕੱਢਿਆ ਟਾਰਗੇਟ ਵੀ ਕਰ ਰਿਹਾ ਮੀਨ ਕਰਨਾ ਮੈਂ ਜੰਮੂ ਦਾ ਰਹਿਣ ਵਾਲਾ ਮੇਰੀ ਫਿਕਰ 'ਚ ਹੈ ਨਹੀਂ ਹੋਣੀ ਉਹਨੇ ਫਿਕਰ ਖਾਧੀ ਕਸ਼ਮੀਰੀ ਸੇਬ ਵੀ ਨਹੀਂ ਕਿ ਉਹਦਾ 70 ਰੁਪਏ ਕਿਲੋ ਸੇਬ ਵਿਕੇ ਅਤੇ ਵਿਕੀ ਖਾਣੇ ਕੀ ਜਦੋਂ 200 ਰੁਪਏ ਕਿਲੋ ਠੀਕ ਹੈ ਨਾ ਮੇਰੀ ਬਾਸਮਤੀ ਚਿੰਤਾ ਨਹੀਂ ਲੱਗੀ ਉਹਨੇ ਪੂਰੀ ਉਮਰ ਸੇਬ ਬਾਹਰ ਜਾਂਦਾ ਰਿਹਾ ਸਾਡੇ ਸਟੇਟ ਕੋਲ ਅਤੇ ਸਾਡੀ ਬਾਸਮਤੀ ਨਹੀਂ ਜਾਂਦੀ ਮੀਨ 2008 'ਚ ਐੱਮ ਐੱਲ ਏ ਬਣਿਆ ਉਹ ਲੱਗੇ ਸ਼ੁਰੂ ਹੋਈ ਨਾ ਮੰਨਣਾ ਬਾਹਰ ਜਾਣਾ ਅਤੇ ਫਿਰ ਉਹਨੇ ਉੱਥੋਂ ਦੀ ਚਿੰਤਾ ਤਾਂ ਮੀਂਹ ਕੀ ਰੋਕ ਬਾਹਰ ਜਾਣ ਲਈ ਬਾਸ ਹੋਈ ਟੋਟਾ ਵੀ ਚਲੀ ਗਿਆ ਕਿਹੜਾ ਨਹੀਂ ਨਹੀਂ ਉਹ ਨਹੀਂ ਗੱਲ ਹੈ ਟੋਟਾ ਚਲੀ ਇਹ ਨਹੀਂ ਚਲੀ ਆ ਲੇਕਿਨ ਕਿਸਾਨ ਕੀ ਤਾਂ ਫਾਇਦਾ ਹੋਇਆ ਨਾ ਮੀਂਹ ਮੀਂਹ ਕੁਝ ਕਸ਼ਮੀਰੀ ਦਾ ਉੱਥੇ ਖਿਲਾਫ਼ ਨਹੀਂ ਹੁੰਦੇ ਅਤੇ ਕਿਸਾਨੀ ਦਾ ਉਹਦਾ ਖਿਲਾਫ਼ ਨਹੀਂ ਲੇਕਿਨ ਮੀਂਹ ਤੁਸੀਂ ਦੇਖਣਾ ਪਹਿਲਾਂ ਖਾਦ ਜਿਹੜੀ ਨਕਲੀ ਖਾਦ ਵਿਕਦੀ ਸੀ ਉਹ ਜੰਮੂ ਦੇ ਨਕਲੀ ਵਿਕਦੀ ਕਸ਼ਮੀਰ ਵੀ ਨਕਲੀ ਵਿਕਦੀ ਕਸ਼ਮੀਰ ਵੀ ਨਕਲੀ ਵਿਕਦੀ ਸੀ ਨਾ ਹੁਣ ਜਦੋਂ ਦਾ ਬੀਜੇਪੀ ਦੀ ਗੌਰਮੈਂਟ ਬਣੀ ਉਹਦੇ ਬਾਅਦ ਨਹੀਂ ਨਕਲੀ ਖਾਦ ਆਈ ਸੁਣੀ ਪੁੱਛੋ ਕਾਂਗਰਸੀ ਕੀ ਉਹਨੇ ਅੱਗੇ ਰੱਖਦੀ ਹੈ ਇਹਨੇ ਮੈਂ ਨਹੀਂ ਆਖ ਸਕਦਾ ਕਿ ਉਹਨਾਂ ਕੀ ਪਿਆਰ ਕਰਦੇ ਨੇ ਕੀ ਉੱਥੇ ਕੀ ਕਰਦੇ ਨੇ ਥੋੜ੍ਹੇ ਆਖ ਸਕਦਾ ਜੇ ਮੈਂ ਤਾਂ ਗੱਲ ਕਰਨੀ ਜਿਹੜੀ ਕਿਸਾਨਾਂ ਦੀ ਗੱਲ ਕਰਨੀ ਮੈਂ ਖਾਲੀ ਇੱਥੋਂ ਵੀ ਕਹਿੰਦੀ ਕਸ਼ਮੀਰ ਦੀ ਵੀ ਕਹਿਣਾ ਚਾਹੁੰਦਾ ਹੁਣ ਅਗਰ ਖਾਦ ਦਾ ਅਗਰ ਪ੍ਰੋਪਰ ਖਾਦ ਆਵੇ ਤਾਂ ਕਸ਼ਮੀਰ 'ਚ ਆਵੇ ਇੱਥੇ ਵੀ ਆਵੇ ਲੇਕਿਨ ਬਾਸਮਤੀ ਦਾ ਨਹੀਂ ਉਹਨੇ ਰੱਖਿਆ ਉਹਨੇ ਨਹੀਂ ਰੱਖਦੇ ਵੀ ਉਹ ਤਾਂ ਵੀ ਆਖਾਂ ਨਾ ਉਹਨੇ ਖਾਲੀ ਕਸ਼ਮੀਰ ਦੀ ਚਿੰਤਾ ਸਾਡੇ 'ਤੇ ਹੈ ਕਿ ਨਹੀਂ ਉਹਨੇ ਨੁਕਸਾਨ ਹੋਣਾ ਕਿਵੇਂ ਕਰ ਰਹੀ ਹੈ ਅਗਰ ਸਰਕਾਰ ਬਣਦੀ ਉਹਦੀ ਕਸ਼ਮੀਰ ਕਰਦੇ ਸਰਕਾਰ ਸਾਰੀ ਬਣਨੀ ਉਹਦੀ ਕਿੰਨਾ ਸਰਕਾਰ ਬਣਨੀ ਅੱਛਾ ਅਸੀਂ ਜਿਹੜਾ ਵਾਅਦਾ ਕੀਤਾ ਹੈ ਕਿ ਡਬਲ ਇਨਕਮ ਹੈ ਜਿਹੜੀ ਉਹਦੀ ਕਰਨੀ ਹੈ ਅਸਾਂ 70% ਇਨਕਰੀਜ਼ ਦੀ ਆਉਂਦੀ ਹੈ ਧਾਨ ਦੇ ਵਿੱਚ ਔਰ ਮੇਰੇ ਖਿਆਲ ਜਿਹੜਾ ਹੁਣ ਰੇਟ ਆਉਣਾ ਜਿਹੜਾ ਐਮ ਐਸ ਪੀ ਗੰਦਮ ਦਾ ਰੇਟ ਆਉਣਾ ਉਹ 75 ਰੁਪਏ ਉੱਪਰ ਚੜੀ ਆਉਣਾ ਲੇਕਿਨ ਬੜਾ ਅਸੀਂ ਵਾਅਦਾ ਕੀਤਾ ਸਾਹ ਦੋ ਡਬਲ ਕਰਨੀ ਇਨਕਮ ਬਾਸਮਤੀ ਨਹੀਂ ਆ ਨਹੀਂ ਸਕਿਆ ਲੇਕਿਨ ਸੁਣੋ ਬਾਸਮਤੀ ਐਮ ਐਸ ਪੀ ਨਹੀਂ ਜਿਹਨੇ ਆਉਂਦੀ ਹੈ ਉਹ ਅੱਛੀ ਕੁਆਲਿਟੀ ਨਾ ਉਹ ਬਾਜ਼ਾਰ ਦੇ ਵਿੱਚ ਆ ਸਕਦੀ ਪਰ ਗੌਰਮੈਂਟ ਕਰਦੀ ਹੈ ਵਿਛੜੀ ਉਹ ਰਤਨਾ ਪੈਂਦੀ ਜਿਹੜੀ ਵੱਡੀ ਪੈਂਦੀ ਮੋਟੀ ਚਾਵਲ ਹੁੰਦੀ ਹੁੰਦੀ ਹੈ ਲੇਕਿਨ ਬਾਸਮਤੀ ਲੇਕਿਨ ਲੋਕੀ ਬਾਹਰ ਬਾਜਰਾ ਜਿਹਨਾਂ ਬਾਜਰਾ ਹੁੰਦਾ ਜਾਂ ਸਾਡੇ ਇੱਥੇ ਚਲੋ ਸਰਸੋਂ ਨਹੀਂ ਹੁੰਦੀ ਹਰਿਆਣਾ ਉੱਥੇ ਐਮ ਐਸ ਪੀ ਖਰੀਦੀ ਜਾਂਦੀ ਹੈ ਹਰਿਆਣੇ 'ਚ ਅਤੇ ਉੱਥੇ ਰਾਜਸਥਾਨ ਹਰ ਚੀਜ਼ ਅਲੱਗ ਅਲੱਗ ਹੈ ਨਾ ਜਿੱਦਾਂ ਹਰਰ ਦੀ ਦਾਲ ਵਗੈਰਾ ਉੱਥੇ ਸਾਰਾ ਕੀ ਮੇਰੇ 21 ਜਾਂ ਪਤਾ ਨਹੀਂ 29 'ਚ ਜਾਣੀਆਂ ਨਾ ਐਮ ਐਸ ਪੀ ਦਾ ਅੰਡਰ ਆ ਗਿਆ ਅਤੇ ਸਾਡੇ ਇੱਥੇ ਦੋ ਘੰਟੇ ਤਾਂ ਗੰਦਮ ਚੱਕੇ ਕਾਂਗਰਸ ਪ੍ਰਤੀ ਹੈ ਜਿਹੜਾ ਆ ਕਸ਼ਮੀਰ ਸੈਂਟ੍ਰਿਕ ਮੈਨੀਫੈਸਟੋ ਕੱਢਿਆ ਇੰਨਾਂ ਨੰਦਨ ਚੌਧਰੀ ਹੋਰ ਆਖਾ ਹੈ ਨਾ ਅੱਛਾ ਜ਼ਿਮੀਦਾਰੀ ਦੀ ਗੱਲ ਕਰਾਂ ਤਾਂ ਆਖਾ ਕੋਈ 4000 ਰੁਪਇਆ ਬੀਜੇਪੀ ਵੱਧ ਵੀ ਨਹੀਂ ਲੱਗਦੀ ਬਿਲਕੁਲ ਅਸੀਂ ਗੌਰਮੈਂਟ ਬਣਾਉਣੀ ਹੈ ਦੇਣਾ ਚਾਹੁੰਦੇ ਭਾਵੇਂ ਲੋਕ ਕੁਛ ਨਹੀਂ ਕਮਾਲ ਕਰਦੇ ਹੋ ਅਸੀਂ ਕਿਹੜੀ ਚੀਜ਼ ਦੀ ਕੀਤੀ ਬੀਜੇਪੀ ਨੇ ਜੇ ਇਨਕਮ ਡਬਲ ਕਰਨ ਵਾਸਤੇ ਆਖਿਆ ਤਾਂ 70 ਨੂੰ ਉਹਨੇ 47 ਸਾਲ ਲੱਗੇ 1300 ਕੁਇੰਟਲ ਤੋਂ ਪੁੱਜਦੇ ਅਸੀਂ 2300 ਕੁਇੰਟਲ ਤੱਕ ਪੁੱਜਦੇ 2300 ਰੁਪਏ ਪਰ ਕੁਇੰਟਲ ਚੀਜ਼ ਪਜਾਉਂਦੇ ਨੂੰ ਐਂ ਲੱਗੇ 9 ਸਾਲ ਉਹਨੇ ਲੱਗੇ 47 ਸਾਲ 1300 ਤੋਂ ਪੁੱਜਦੇ ਫਿਰ ਦੱਸੋ ਦਰ ਦੂਰ ਜਾ ਸਕਦੇ ਤਾਂ ਹੁਣ ਤੁਸੀਂ ਦੱਸੋ ਨਾ ਮੈਂ ਤੁਹਾਡੇ ਨਾਲ ਸਾਲ ਕਰਾਂ ਕੌਣ ਅੰਦਰ ਨਹੀਂ ਅਗਰ ਦੇਖਿਆ ਜਾ ਤਾਂ ਬੜੀ ਜਲਦੀ ਰੇਟ ਤੁਸੀਂ ਵਧਾਇਆ ਲੇਕਿਨ ਕਈ ਚੀਜ਼ਾਂ ਦਾ ਲਿਮਿਟ ਜਿਹੜੀ ਬਾਸਮਤੀ ਸਾਨੂੰ ਚੁੱਕਦੀ ਹੈ ਨਹੀਂ ਨਹਿਰੇ ਚੱਕਰੇ ਤੁਸੀਂ ਹੁੰਦੇ ਹੋ ਨਹਿਰ ਵੀ ਜਿਹੜੀਆਂ ਇੰਨੀ ਜ਼ਿਆਦਾ ਡਿਵੈਲਪਮੈਂਟ ਬਿਲਕੁਲ ਨਹੀਂ ਨਹਿਰ ਚੱਕਰੇ ਤਾਂ ਵੀ ਆਪਣਾ ਹੁੰਦਾ ਕਿ ਪੂਰੀ ਜੰਮੂ ਸਟੇਟ ਪੂਰੀ ਜੰਮੂ ਸਟੇਟ ਹਾਂ ਮੈਂ ਆਖਾਂ ਕਿ ਅਗਰ J&K ਵਿੱਚ ਜਿਹੜੇ ਰਾਜੇ ਮਹਾਰਾਜਾ ਸਾਹਿਬ ਸਾਡੀ ਨਹਿਰਾਂ ਬਣਾਈ ਹੈ ਇਕਨੋਮੀ ਉਹਦੇ ਕੰਨੇ ਚੱਲਦੀ ਹੈ ਅਗਰ ਕੁਆਨ ਹੈ ਉਹਦਾ ਪੇਨ ਲੈਤਾ ਹਾਲਾਂਕਿ ਇਹਦੇ ਇੱਕ ਸਾਥੀ ਹੁਣ ਇਲੈਕਸ਼ਨ ਵੀ ਲੜਾ ਰਹੇ ਨੇ ਉਹ ਵੀ ਆਖਦੇ ਮੈਂ ਬੜਾ ਪੇਨ ਲੈਤਾ ਲੇਕਿਨ ਲੱਭਿਆ ਨਹੀਂ ਕਦੇ ਸਾਨੂੰ ਵੀ ਉਹ ਟੂਰ ਕਰਦੇ ਹੋਏ ਸਕਦੇ ਨੇ ਖਰਾਬ ਲੱਗਾ ਹੁਣ ਭਲਾ ਵੀ ਇੰਨੀ ਕਿਹੜੀ ਗੱਲ ਆਖਾਂ ਲੇਕਿਨ ਮੈਂ ਨਹੀਂ ਦੇਖਿਆ ਧੁੱਪ ਹੋਇਆ ਵਰਖਾ ਹੋਇਆ ਛਾਂ ਹੋਇਆ
ਟੂਰ ਕਰਨ ਪੁੱਜੇ ਤਾਂ ਉਹ ਲਾਸਟ ਸਾਡੀ ਬੈਲਟ ਅਰਨੀਆ ਬਾਰਡਰ ਉੱਥੋਂ ਤਾਂ ਗਏ ਹੁੰਦੇ। ਬਿਲਕੁਲ ਜਾਣਾ, ਮੇਰੇ ਵਾਸਤੇ ਤਾਂ ਸਾਰੇ ਕਿਸਾਨ ਮੇਰੇ ਭਰਾ, ਭਾਏ ਉਹ ਕਸ਼ਮੀਰ ਦੇ, ਭਾਏ ਉਹ ਕਠੂਏ ਦੇ, ਭਾਏ ਉਹ ਪੁੰਛ ਦੇ, ਭਾਏ ਉਹ ਜੰਮੂ, ਸਾਰੇ ਭਰਾ ਆਪਣੇ ਭਰਾ ਦੀ ਅਸੀਂ ਚਿੰਤਾ ਲੱਗੀ ਰਹਿੰਦੀ ਹੈ ਕਿ ਜਿਹੜਾ ਕੰਮ ਸਾਡਾ ਪੇਸ਼ਾ ਹੈ ਕਿਸਾਨੀ ਦਾ, ਮੈਨੂੰ ਮੇਰਾ ਇਹ ਪੇਸ਼ਾ ਨਹੀਂ ਸਮਝਣਾ ਕਿ ਮੇਰਾ ਅਗਰ ਬਾਲ ਬੱਚਾ ਕਿਸਾਨੀ ਕਠੂਏ ਹੁੰਦਾ ਲੋਕ ਅਤੇ ਇਹ ਸਾਡਾ ਕੰਮ ਚੱਲੇ ਬੱਚੇ ਸਾਡੇ ਪੜ੍ਹਨੇ ਲੱਗੇ ਹੋਏ ਐਜੂਕੇਸ਼ਨ ਮੇਰੇ ਹੁਣ ਜਾਂ ਬਾਕੀ ਦੇ ਚਿੰਤਾ ਕਰਨੀ। ਅੱਛਾ, ਇੰਨੇ ਕਸ਼ਟ ਕਰਦੇ ਹੋ ਤੁਸੀਂ, ਲੋਕ ਚਿੰਤਾ ਵੀ ਕਰਦੇ? ਭਾਅ ਜੀ ਕਸ਼ਟ ਨਹੀਂ ਕਰਦੇ, ਸ਼ੌਕ ਹੈ, ਸ਼ੌਕ ਇਹ ਸ਼ੌਕ ਹੈ ਮੇਰਾ, ਸ਼ੌਕ ਹੈ ਕਿ ਮੈਂ ਲੋਕਾਂ ਦਾ ਕਿੰਨਾ ਭਲਾ ਕਰ ਸਕਦਾ। ਪਰਮਾਤਮਾ ਨੇ ਅਗਰ ਵੀ ਇੱਥੇ ਭੇਜਿਆ, ਅਗਰ ਵੀ ਲੋਕ ਇੱਥੇ ਪਜਾਇਆ, ਮੀਂਹ ਅਗਰ ਲੋਕ ਪਜਾਇਆ, ਉਹ ਮੇਰੇ ਲੋਕ ਦੀ ਜੱਟ ਕਮਾਲ ਕਰਦੇ ਹੋ, ਮਨ ਜੀ ਉਹਨਾਂ ਕੀ ਲੈਣ ਆਣਾ, ਲੋਕ ਸੇਵਾ ਕੋਈ ਅਸਰ ਪੈ ਸਕਦਾ? ਲੋਕ ਸੇਵਾ ਕੋਈ ਅਸਰ ਨਹੀਂ ਪਾਉਂਦਾ। ਕੈਸੇ? ਅੱਛਾ, ਤੁਹਾਡੇ ਆਪਣੇ ਵਾਲੀ ਕਾਂਸੈਸ ਜਿਹੜੀ ਅਸਰ ਉੱਥੇ ਵੀ ਕਈ ਜਿਹਦੇ ਨਾਂ ਚਲਾ ਰਹੇ ਉਹ ਇੰਡੀਪੈਂਡੈਂਟ ਹੋਈ ਹੈ, ਉਹ ਵੀ ਨਹੀਂ ਪਤਾ ਇਸ ਗੱਲ ਦੀ, ਤੇ ਹੋਰ ਹੀ ਪਤਾ ਹੋਣਾ ਚਾਹੀਦਾ ਜਿਹੜੇ ਵੱਡੇ ਅਧਿਕਾਰੀ ਨੇ ਇਸ ਬਾਰੇ ਕੀ ਕਮੈਂਟ ਕਰ ਸਕਣਾ। ਲੇਕਿਨ ਉਹ ਮੇਰੇ ਕੋਲ ਜ਼ਿਆਦਾ ਜਾਣੀ ਜਾਣਦੇ, ਮੇਰੇ ਕੋਲ ਜ਼ਿਆਦਾ ਅੱਛਾ ਉਹ ਸੋਚਿਆ ਦਿਨ ਕਿ ਉਹਦਾ ਭਲਾ ਕਰ ਸਕਦਾ, ਕਿਹੜਾ ਬੰਦਾ ਨਹੀਂ ਕਰ ਸਕਦਾ, ਉਹਦਾ ਫੈਸਲਾ ਫੈਸਲਾ ਹੁੰਦਾ ਸਰ। ਅੱਛਾ, ਕਿੰਨੀ ਸੀਟਾਂ ਐਕਸਪੈਕਟ ਕਰਦੇ ਹੋ? ਸਰਕਾਰ ਬਣਾਉਣੀ ਅਸੀਂ, ਕਿੰਨੀ ਸੀਟਾਂ ਅਸੀਂ 45 ਜੋੜੀ ਪੁੱਜਣਾ ਪੁੱਜਣਾ 43 ਜੋੜੀ ਰਵਿੰਦਰ ਨਾਲ ਰੱਖਿਆ ਕਿ ਉਹ ਨੁਸ਼ਹਿਰਾ ਪੁੱਜੇ? ਨਹੀਂ, ਰਵਿੰਦਰ ਨਾਲ ਰੱਖਿਆ ਕਿ ਨੁਸ਼ਹਿਰੇ ਪੁੱਜਿਆ, ਇੱਥੇ ਬੈਠੇ ਮੈਂ ਕੱਲ੍ਹ ਬੜਗਾਮ ਵੀ ਗਿਆ। ਅੱਛਾ, ਬਿਲਕੁਲ ਵੀਰ ਆਮ। ਅੱਛਾ, ਉੱਧਰ 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 ਕਿੰਨਿਆਂ ਚਲਾ ਇਸ ਵੇਲੇ ਸਿਨੈਰੀਓ ਇਲੈਕਸ਼ਨ ਦਾ? ਵੈਸੇ ਸੀਟਾਂ ਕੱਢਣੀਆਂ ਔਰ ਸੀਟਾਂ ਬੀਜੇਪੀ ਨੇ, ਬਿਲਕੁਲ ਬੀਜੇਪੀ ਸੀਟਾਂ ਕੱਢੇ ਇਸ ਵੇਲੇ ਕਸ਼ਮੀਰ 'ਚ, ਕਸ਼ਮੀਰ 'ਚ ਕਮਲ ਖਿਲਦਾ ਦੇਖ ਕੇ ਉਸ ਵੇਲੇ। ਵੈਸੇ ਕਮਲ ਤਾਂ ਬੜਾ ਪੁਰਾਣਾ ਖਿਲਦਾ ਉਹਦੇ, ਇੰਨਾ ਜ਼ਰੂਰ ਕਸ਼ਮੀਰ ਵਾਲੇ ਲੋਕ ਪਹਿਲਾਂ ਗਾ ਖਿਲਦੇ ਨੇ। ਅੱਛਾ, ਕਮਲ ਉੱਥੇ ਪੁਰਾਣਾ ਖਿਲਦਾ ਹੈ, ਸਾਡਾ ਬਾਅਦ 'ਚ ਕਮਲ ਦਾ ਪਤਾ ਲੱਗਿਆ ਸੀ, ਨਦਰੂ ਸ਼ੰਦੂਗਾ ਸਾਰੇ ਕੋਲ ਦੇ ਕਮਲ ਅਸੀਂ ਵਿੱਚ ਆਇਆ, ਲੇਕਿਨ ਉੱਥੇ ਪੁਰਾਣਾ ਕਮਲ ਖਿਲਦਾ ਔਰ ਇਸ ਵਾਰੀ ਵੀ ਕਮਲ ਖਿਲਣਾ। ਇਸ ਵਾਰੀ ਵੀ ਕਮਲ ਖਿਲਣਾ ਔਰ ਬੜੀ ਵੱਡੀ ਸਟੇਟਮੈਂਟ ਆ, ਹਮੇਸ਼ਾ ਡੋਗਰੀ ਗੱਲ ਕਰਦੇ ਨੇ, ਲੇਕਿਨ ਕਸ਼ਮੀਰ ਦੇ ਵਿੱਚ ਵੀ ਕਮਲ ਖਿਲਣਾ। ਕਾਂਗਰਸ ਵੀ ਬੜਾ ਟਾਰਗੇਟ ਕੀਤਾ ਬਾਈ, ਉਹ ਕਾਂਗਰਸ ਵਾਲੇ ਕਹਿਲੀ ਪਤਾ ਨਹੀਂ ਇਹਨੇ ਕਹਿਲੀ ਉਹ ਮੈਨੀਫੈਸਟੋ ਕੱਢੀ ਉੱਠਦੇ ਨੇ, ਮੌਕਾ ਦੇ ਉੱਠਦੇ ਉੱਠਦੇ ਇਹਨੇ ਬੋਲਣੇ ਦਾ, ਉਹ ਕਹਿੰਦੇ ਸਾਨੂੰ ਵੀ ਲੱਗਣੇ ਪਰ ਜੰਮੂ ਦੇ ਖਿਲਾਫ਼ ਤਾਂ ਨਹੀਂ ਆ। ਬਹਰਹਾਲ ਵੱਡੀ ਗੱਲ ਇਹ ਹੈ ਕਿ ਜ਼ਿਮੀਦਾਰਾਂ ਦੀ ਗੱਲ ਰੱਖਦੇ ਨੇ ਔਰ ਇਨਕਮ ਡਬਲ ਕਰਨੀ ਹੈ, ਇਸ ਗੱਲਾਂ ਬੜੀ ਜ਼ੋਰ ਸ਼ੋਰ ਕਰਨ ਨੇ ਗੱਲ ਰੱਖੀ ਹੈ। ਉਹ ਦੇਖਣ ਵਾਲਾ ਵਕਤ ਰਹੋ ਕਿ ਹੁਣ 4000 ਰੁਪਏ ਜਿਹੜਾ ਸਟੇਟ ਗੌਰਮੈਂਟ ਨੇ ਵਧਾਉਣ ਉਹ ਵੱਧਦਾ ਜਾਂ ਨਹੀਂ ਵੱਧਦਾ, ਅਗਰ ਸਰਕਾਰ ਬਣਨੇ ਬਾਅਦ ਪਤਾ ਚੱਲਦਾ। ਅਸੀਂ 50% ਸਬਸਿਡੀ ਵੀ ਦੇਣੀ ਹੈ ਪਾਵਰ ਦੇ ਉੱਪਰ, ਐਗਰੀਕਲਚਰ ਵਾਸਤੇ ਜਿਹੜੀ ਬਿਜਲੀ ਖਰਚ ਹੋ ਉਹਦੇ 50% ਸਬਸਿਡੀ ਵੀ ਦੇਣੀ ਉਸ ਪਾਵਰ ਦੇ ਉੱਪਰ। ਅਗਰ ਮੈਂ ਇੱਕ ਬੰਬੀ ਲਾ ਜਾਈਏ, ਮੈਂ ਅਗਰ ਹੋਰ ਖਿੱਚਦਾ, ਅਗਰ ਮੇਰੀ  100 ਯੂਨਿਟ ਬਿਜਲੀ ਫੂਕਦੀ ਔਰ 50% ਜਿਹੜੀ ਤੁਹਾਡੇ 'ਚ ਮਾਫ਼ ਕੀਤੀ ਜਾ, ਗੌਰਮੈਂਟ ਤਰਫਾਂ ਸਾਡੀ ਗੌਰਮੈਂਟ ਤਰਫਾਂ ਮਾਫ਼ ਕੀਤੀ। ਇਹ ਆਈਡੀਆ ਤੁਸੀਂ ਦੇ ਮੇਰੇ ਖਿਆਲ ਤੁਹਾਡੀ ਆਈਡੀ ਮੈਂ ਨਹੀਂ ਦਿਆਦਾ, ਸਾਡੇ ਬੜੇ ਬੜੇ ਸਾਰੇ ਗੱਲ ਹੈ ਕਿ ਅਸੇ ਰਹੀਏ। ਚਲੋ, ਜ਼ਿਮੀਦਾਰੀ ਦਾ ਵੀ 50% ਸਬਸਿਡੀ ਹੈ, ਲੇਕਿਨ ਵਕਤ ਦਿਖ ਰਿਹਾ ਰਹੋ ਕਿ ਸਰਕਾਰ ਬਣਦੀ ਹੈ ਅਤੇ ਉਹਦੇ ਬਾਅਦ ਇਹ ਸਾਰੇ ਸਵਾਲ ਜਵਾਬ ਇਹਦੇ ਕਰਨੇ ਕਰਨੇ ਨੇ। ਆਖਿਆ ਮੈਂ ਇੱਥੇ ਬੈਠੇ ਦਾ ਜ਼ਰੂਰ ਕਰਕੇ ਬਹਰਹਾਲ ਇਹ ਸਾਰੀ ਡਿਵੈਲਪਮੈਂਟ ਕੀ ਦੇਖਦੇ ਹੋ ਵੈਲਿਊ ਕਮੈਂਟ ਸੈਕਸ਼ਨ ਜ਼ਰੂਰ ਕਰਕੇ ਦੇਖਦੇ ਹੋ ਗ੍ਰਿਟ ਜੰਮੂ ਅਤੇ ਕੈਮਰਾ ਪਰਸਨ ਸਿੰਘ ਨੇ ਮੈਂ ਪੰਕਜ ਜਿਹੜੀ ਜੈ।